ਸਰਸ ਮੇਲਾ ਰੂਪਨਗਰ ਦੇ ਵਿੱਚ ਹੋ ਰਿਹਾ, ਸੋ ਬਹੁਤ ਖੁਸ਼ੀ ਦੀ ਗੱਲ ਹੈ। ਸੋ ਮੈਨੂੰ ਬੁਲਾਇਆ ਸਾਡੇ ਵੱਡੇ ਭਈਆ ਸੁਮੇਤ ਜੀ, ਸੋ ਇਸ ਏਰੀਏ ਦੇ ਡੀਸੀ ਨੇ ਜੀ, ਉਹਨਾਂ ਦਾ ਸਪੈਸ਼ਲੀ ਸਾਰੇ ਦੁਨੀਆ ਦੀ ਮਹਾਨ ਸ਼ਖਸੀਅਤ ਅਜਾਇਜ਼ਾ ਨੇ ਵਿਰਾਜਮਾਨ, ਬਹੁਤ ਬਹੁਤ ਥੈਂਕ ਯੂ ਸੋ ਮਚ। ਆਗਾਜ਼ ਕਰਦੇ ਹਾਂ ਜੀ ਗੀਤਾਂ ਦੇ ਰਾਹੀਂ, ਉਸ ਤੋਂ ਬਾਅਦ ਸਾਡਾ ਕੀਤਾ ਮੰਦਰਾ ਜਹਾਨ ਮੈਂ
सच दस दिदा हर दिन लगी कि दे निकले यार वे है निकले यार वे समझ भूल बैठे हर बदरी लगी कि दे बड़ा समझ आया तेनू समझ ना आया तेनू बड़ा समझ आया तेनू समझ ना आया तो करता है दिल दारी तेरे ते गिलाए सानू पागला गिरावे कानू लाडिया तू यारिया हर रगड़े गया कदा आशिक च पै गया बापू ने दवाई मसा जॉब चक जग ला के कम तो भी गया नाले घर तो भी लग गया बुलट की चल
ਵੀ ਜਦੋਂ ਖੋਲੀ ਹੱਥੋਂ ਮਾਪਿਆਂ ਨੇ ਓਏ ਜਾਂਦਾ ਜਾਂਦਾ ਜੱਗ ਕੇ ਸਕੂਟਰ ਹੀ ਲੈ ਗਿਆ ਛਮਕ ਛਲ ਦੇਦਾ ਹੁਣ ਕਾਲੀ ਜੇ ਚ ਪੈ ਗਿਆ ਕਹਿੰਦੀ ਹੱਟ ਪਿੱਛੇ ਕੁੜੀਆਂ ਚ ਬੇਇੱਜ਼ਤੀ ਕਰਾਏਗਾ ਵੀ ਛਮਕ ਛਲ ਦੇਦਾ ਕੋਈ ਸਕਾਡਾ ਵਾਲਾ ਰਾਜਨੇ ਵੀ ਛੱਡਿਆ ਸੀ ਤਖਤ ਹਜ਼ਾਰਾ ਹਾਂ ਬਾਂਟੀ ਨੂੰ ਵੀ ਛੱਡਣਾ ਤੂੰ ਨੇਠਾ ਪਿੰਡ
Oh,
ਆ ਕੇ ਬਹਿ ਜਾਓ ਤੁਹਾਡੇ ਲਈ ਇਹਨਾਂ ਅੱਛਾ ਦੀਵਾਲੀ ਕਿਹਨਾਂ ਕਿਹਨਾਂ ਨੇ ਸੁਣਿਆ ਮੈਂ ਪਹਿਲਾਂ ਬੋਲ ਕੇ ਹਟੀ ਹਾਂ ਜਿੰਨਾ ਜਿਹਨਾਂ ਨੇ ਸੁਣਿਆ ਪਤਾ ਲੱਗਣਾ ਚਾਹੀਦਾ ਜੇ ਨਹੀਂ ਸੁਣਿਆ ਫਿਰ ਮੈਂ ਸੁਣਾ ਦਿੰਦੀ ਹਾਂ ਲੜਕੀ ਖੂਬ ਲੜਾਕੀ ਸੈ ਮੈਨੂੰ ਕਹਿ ਕੇ ਮੈਨੂੰ ਕੋਈ ਜੇ ਤੁਸੀਂ ਇੰਜੋਏ ਕਰ ਰਹੇ ਹੋ ਪਹਿਲਾਂ ਤਾਂ ਦੱਸੋ ਇੰਜੋਏ ਕਰ ਰਹੇ ਹੋ ਤਾਂ ਪਰ ਜੋ ਤੁਹਾਡਾ ਰਿਸਪੋਂਸ ਆ ਮੈਨੂੰ ਨਹੀਂ ਲੱਗਦਾ ਤੁਸੀਂ ਇੰਜੋਏ ਕਰ ਰਹੇ ਜਦੋਂ ਤੁਸੀਂ ਆਪਣਾ ਤੁਸੀਂ ਸਾਰੇ ਸਿਆਣੇ ਹੋ ਸਾਡੇ ਤੋਂ ਵੱਡੇ ਹੋ ਜਦੋਂ ਆਪਣਾ ਕੀਮਤੀ ਸਮਾਂ ਕੱਢ ਕੇ ਆਈ ਗਏ ਨਾ ਤਾਂ ਉਸ ਮੇਲੇ ਨੂੰ ਉਸ ਫੰਕਸ਼ਨ ਨੂੰ ਜੋ ਵੀ ਹੈ ਤਾਂ ਉਹਨੂੰ ਇੰਜੋਏ ਕਰਨਾ ਚਾਹੀਦਾ ਗੱਲ ਸਹੀ ਕਹੀ ਹੈ ਮੈਂ ਜਾਂ ਆਵੋ ਨਾ ਰਜਾਈਆਂ ਚੋਂ ਨਿਕਲ ਕੇ ਆਵੋ ਨਾ ਤੇ ਜੇ ਆ ਗਏ ਹੋ ਤਾਂ ਇੰਜੋਏ ਕਰੋ ਇੱਕ ਵਾਰੀ ਠੋਕੋ ਤਾੜੀ ਆਪਣੇ ਲਈ ਸਾਰੇ ਜਣੇ ਤਾੜੀ ਲਓ ਜ਼ੋਰ ਦੇ ਕਿਉਂਕਿ ਕਲਾਕਾਰ ਨੂੰ ਤਾੜੀ ਚਾਹੀਦੀ ਤੇ ਤੁਹਾਡਾ ਰਿਸਪੋਂਸ ਨਹੀਂ ਹੁੰਦਾ ਤਾਂ ਉਹਨੂੰ ਵੀ ਹੁਣੇ ਖੁੱਲ ਕੇ ਪਰਫਾਰਮ ਨਹੀਂ ਕਰਨਾ ਉਹ ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾ ਉਹ ਕੱਪੜੇ ਵਾਲੀ ਜੀਂਦੇ ਟੱਕ ਰਹੇ ਆ ਉਹਦੀ ਕਾਲੀ ਨਾ ਗੱਲ ਬਣ ਗਈ ਦਿੱਲੀ ਵਾਲੀ ਦਾ ਕੱਪੜੇ ਵਾਲੀ ਚੀਜ਼ ਨਾ ਕਰਿਆ ਦੀ ਗਾਲੀ ਦਾ ਉਹ ਦੇਸੀ ਗੱਲ ਦੀ ਗੱਲ
Thank you.
ਨਾਲ ਕਿੱਥੇ ਬਚਦੇ। ਸੋ ਇੱਕ ਵਾਰੀ ਤਾੜੀ ਲਾਓ ਸਾਰੇ ਜਾਣੇ ਵਰਿੰਦਰ ਵਿੱਕੀ ਦੇ ਨਾਮ ਤੇ। ਬਹੁਤ ਜਲਦੀ ਗਾਣਾ ਔਰ ਤੂੰ ਗਾਉਣਾ ਵੀ ਹੈ। ਜਿਹੜੇ ਕ੍ਰੈਡਿਟ ਹੈ ਵੋਕਲ ਦਾ ਉਹ ਕਿਸੇ ਹੋਰ ਫੀਮੇਲਸ ਨੂੰ ਲੋਕ ਦੇ ਰਹੇ ਸੀ, ਲਾਈਕ ਉਹ ਮੈਂ ਗਾਇਆ ਅੱਜ, ਜਿਹਨੇ ਵੀ ਸਾਰਿਆਂ ਨੂੰ ਪਤਾ ਲੱਗਦਾ ਗਾ ਕੇ ਫਿਰ ਪਤਾ ਲੱਗਦਾ ਲਾਈਕ ਉਹ ਧੱਕਾ ਗਾਣਾ ਮੈਂ ਗਾਇਆ ਇੱਕ ਵਾਰੀ ਸਾਰੇ ਜਾਣੇ ਪੈਸੇ ਤੂੰ ਮੂਸਲ ਦੇ ਨਾਮ ਦੇ ਤਾੜੀ ਲਾਓ, ਸਾਰੇ ਜਾਣੇ ਤਾੜੀ ਲਾਓ ਉਸਤਾਦ ਬੱਬੂ ਮਾਨ ਜੀ, ਇੱਕ ਵਾਰੀ ਤਾੜੀ ਮੇਰੇ ਨਾਮ ਤੇ ਵੀ ਲਾ ਦੇ ਜੀ, ਅੱਛਾ ਲੱਗਦਾ। ਥੈਂਕ ਯੂ ਸੋ ਮਚ। ਸੋ ਵਰਿੰਦਰ ਵਿੱਕੀ ਗਾਣਾ ਉਸ ਤੋਂ ਬਾਅਦ ਫਿਰ ਚੰਗਾ ਲੱਗ ਗਿਆ। ਸੋ ਥੈਂਕ ਯੂ। ਲੱਗਦਾ ਤੂੰ ਮੇਰੇ ਲਈ ਬਰੇਟਾ ਲੈ ਲਿਆ, ਹੋਰ ਦੱਸ ਮੇਰੀ ਜਾਣਦਾ ਕਿ ਠੇਕਾ ਲੈ ਲਿਆ, ਠੇਕਾ ਲੈ ਲਿਆ। ਇਹ ਗਾਣਾ ਆ ਰਿਹਾ ਕਿੱਥੇ ਵੱਜਦੇ, ਅੱਛਾ ਲੱਗਿਆ ਤਾੜੀ ਲਾਓ ਸਾਰੇ ਜਾਣੇ। ਸੋ ਇਹ ਮੇਰਾ ਕਜ਼ਨ ਬ੍ਰਦਰ ਹੈ ਮੇਰੇ ਚਾਚਾ ਜੀ ਦਾ ਬੇਟਾ, ਸੋ ਇਸ ਕਰਕੇ ਸਾਡਾ ਪਿਆਰ ਹੈ ਸਾਰਿਆਂ ਦਾ। ਅੱਗੇ ਇੱਕ ਵਾਰੀ ਤਾੜੀ ਲਾ ਲਓ ਸਾਰੇ ਜਾਣੇ ਰਿਸ਼ਤਿਆਂ ਦੇ ਨਾਮ 'ਤੇ, ਜਿਹੜੇ ਰਿਸ਼ਤੇ ਆ ਉਹ ਬੜੇ ਇੰਪੋਰਟੈਂਟ ਰੱਖਦੇ ਲਾਈਫ ਦੇ ਵਿੱਚ। ਸੋ ਇਸੇ ਕਰਕੇ ਅਸੀਂ ਨਹੀਂ ਇੱਧਰ ਬਾਹਰ ਲੋ ਜਾਣਾ ਪੈਣਾ, ਵੈਸੇ ਇੰਨਾ ਵੀ ਹੋ ਜਾਣਾ ਜਿਸ ਨੇ ਕਰਨਾ ਉਹਨਾਂ ਨੇ ਕਰੀ ਦੇ। ਤੀਸਰਾ ਸਵੇਰ ਦਾ ਕੁਛ ਸੈਡ ਸੌਂਗ, ਰੋਮੈਂਟਿਕ ਸੈਡ ਮਾਹੌਲ ਬਣਾਉਂਦੇ ਹਾਂ, ਕਿਉਂਕਿ ਪਿਆਰ ਸਾਰਿਆਂ ਨੂੰ ਹੋਇਆ ਹੋਇਆ ਨਾ। ਤੁਮਨੇ ਕਭੀ ਕਿਸੀ ਸੇ ਪਿਆਰ ਕੀਆ? ਤੁਮਨੇ ਕਭੀ ਕਿਸੀ ਕੋ ਦਿਲ ਦੀਆ? ਮੈਨੇ ਵੀ ਦੀਆ। ਬੱਬੂ ਮਾਨ ਦਾ ਮੈਸ਼ਅਪ ਸਾਰੀ ਗਾਉਂਗੀ, ਜੇ ਮੈਂ ਗਾ ਤੇ ਤੁਸੀਂ ਭੱਜ ਜਾਣਾ ਬਈ ਬੱਬੂ ਮਾਨ। ਉਹਨਾਂ ਦਾ ਮੈਸ਼ਅਪ ਵੈਸੇ ਉਹ ਵੀ ਬੜਾ ਪਿਆਰ ਦਿੱਤਾ ਸਾਰੇ ਫੈਨਸ ਨੇ ਉਹਨਾਂ ਦੇ, ਤੇ ਮੈਂ ਇੱਕ ਬੀ ਬ੍ਰੈਕ ਦੀ ਜਾਨੀ ਦਾ ਮੈਸ਼ਅਪ ਗਾਇਆ ਸੀ ਪਹਿਲਾਂ ਉਹ, ਉਸ ਤੋਂ ਬਾਅਦ ਕਿਉਂਕਿ ਲੈਜੈਂਡ ਵੱਡੇ ਨੇ ਉਹਨਾਂ ਨੂੰ ਗਾ ਤਾ ਫਿਰ ਸਭ ਨੇ ਭੱਜ ਜਾਣਾ। ਵਰੀ ਤਾੜੀ ਲਓ ਸਾਰੇ ਜਾਣੇ ਪਹਿਲਾਂ, ਸਾਰੇ ਸਾਰੇ ਲਾਉਂਗੀ ਸਾਰੇ ਨਾਲ। ਹਾਂਜੀ ਜਾਨੀ ਬਜਨ ਕਿਸਰਸ ਫਿਰ ਸ਼ੋਜ਼ ਦੇ ਕਾਰਨ ਗਲਾ ਵੀ ਠੀਕ ਨਹੀਂ ਹੈਗਾ, ਗਲਤੀ ਰਸਤਾ ਕੀ ਨਾਮ ਮੇਰੇ। ਅਗਰ ਅੱਛਾ ਲੱਗਦਾ ਨਾ ਤੁਹਾਨੂੰ
ਨੂੰ ਗਾਣਾ ਤਾਂ ਪਲੀਜ਼ ਤਾੜੀ ਸਾਰਿਆਂ ਨੇ ਬਣਾ ਕੇ ਰੱਖੀ ਸਾਰੇ ਜਾਣੇ ਇੱਥੇ ਆ ਜਾਂਦੇ ਜਿੰਨੇ ਪਿੱਛੇ ਵੀ ਖੜੇ ਨੇ ਪਲੀਜ਼ ਇੱਥੇ ਆ ਜਾਓ ਸਾਰੇ ਜਾਣੇ ਮੇਰੀ ਰਿਕੁਐਸਟ ਹੈ ਹੰਬਲ ਸਾਰਿਆਂ ਨੂੰ ਹੰਬਲ ਹੰਬਲ ਰਿਕੁਐਸਟ ਹੈ ਜੇ ਮੈਂ ਨਹੀਂ ਤੇਰੇ ਕੋਲ ਤਾਂ ਫਿਰ ਕੌਣ ਹੋਏਗਾ ਹਾਏ ਰੂਹ ਮੇਰੀ ਤੜੀ ਪੈ ਗਈ ਜਾਨੀ ਸੋਸ਼ਲ ਮੀਡੀਆ ਦਾ ਇੱਕ ਵਾਰੀ ਤਾੜੀ ਲਾਓ ਇਹ ਸਾਨੂੰ ਹਿੱਟ ਕਰਦੇ ਨੇ ਸਾਰੇ ਤਾੜੀ ਲਾਓ ਖੁੱਲ ਕੇ ਸਾਰੇ ਜਾਣੇ ਹੋ ਜ਼ਿੰਦਗੀ ਸਿੱਧੀ ਕਰ ਦਿੰਦਾ ਸਭ ਕੁਝ ਪੁੱਠਾ ਹੀ ਰਹਿ ਗਿਆ ਇਧਰ ਅੱਜ ਸਾਰੇ ਜਾਣੇ ਹੋ ਮੇਰੀ ਵਾਰੀ ਤੇ ਲੱਗਦਾ ਤੁਰ ਬਸ ਤਾ ਹੀ ਰਹਿ ਗਿਆ ਇੱਥੇ ਦੇਸੀ ਤੜਕੇ ਵਾਲੇ ਵੀ ਬੈਠੇ ਨੇ ਗਰਮ ਮੁੱਦੇ ਵਾਲੇ ਜਿਹੜੇ ਨੇ ਮੁੱਦਾ ਭੜਕਾਊ ਕਰ ਦਿੰਦੇ ਨੇ ਉਹ ਸਾਰੇ ਇੱਥੇ ਬੈਠੇ ਨੇ ਕਿਉਂਕਿ ਇਸ ਤੋਂ ਬਾਅਦ ਮੇਰਾ ਇੰਟਰਵਿਊ ਹੈ ਹੋ ਜ਼ਿੰਦਗੀ ਸਿੱਧੀ ਕਰ ਦਿੰਦਾ ਸਭ ਕੁਝ ਪੁੱਠਾ ਹੀ ਰਹਿ ਗਿਆ ਮੇਰੀ ਵਾਰੀ ਤੇ ਲੱਗਦਾ ਤੂੰ ਬਸ ਤਾ ਹੀ ਰਹਿ ਗਿਆ ਨੱਚਦਾ ਪਿਆ ਨੱਚਦਾ ਸਕੂਨ ਸਾਡੀਆਂ ਰਗਾਂ ਸਾਲਾ ਨੂੰ ਨੱਚਦਾ ਪਿਆ ਨੱਚਦਾ ਸਕੂਨ ਸਾਡੀਆਂ ਰਗਾਂ ਸਾਰੀਆਂ ਸਟੋਰੀਆਂ ਦੇਖਦੇ ਹੋ ਫਿਰ ਵੀ ਜ਼ਿੰਦਗੀ ਯਾਰ
ਦੂਜਾ ਨੀ ਜੁੱਤਾ ਹੀ ਰਹਿ ਗਿਆ ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ ਜੇ ਮੈਂ ਨਹੀਂ ਤੇਰੇ ਕੋਲ ਤਾਂ ਫਿਰ ਕੌਣ ਹੋਏਗਾ ਹਰੂ ਮੇਰੀ ਤੜਪੇਗੀ ਜਾਨੀ ਦਿਲ ਵੀ ਰੋਏਗਾ ਮੈਂ ਪਾਗਲ ਹੋ ਜਾਣਾ ਤੂੰ ਵੀ ਦੇਖੋ ਜਾਣਾ ਜੇ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਟੁੱਟ ਗਈ ਹੈ ਲੀਕ ਨਾ ਕਰਿਓ ਕਿਉਂਕਿ ਹੁਣ ਤਾਂ ਡਰ ਲੱਗਦਾ ਬੋਲਦੇ ਹੋ
ਵੈਸੇ ਗਰਮ ਮੁੱਦੇ ਵਾਲੇ ਵੀ ਵਿੱਚ ਹੀ ਬੈਠੇ ਨੇ, ਪਰ ਇਹ ਨਹੀਂ ਕਰਦੇ, ਰਿਸਪੈਕਟ ਸਾਰਿਆਂ ਦੀ ਕਰਿਆ ਕਰੋ। ਬੱਬੂ ਮਾਨ ਬਾਈ ਇੰਨੇ ਅੱਛੇ ਇਨਸਾਨ ਨੇ ਨਾ ਕਿ ਲਾਈਕ ਉਹ ਸਾਨੂੰ ਪਿਆਰ ਕਰਦੇ ਨੇ, ਅਸੀਂ ਉਹਨਾਂ ਨੂੰ ਗਾਉਣੇ ਆ। ਤੁਹਾਨੂੰ ਪਤਾ ਸਾਰਿਆਂ ਨੂੰ ਲਾਈਵ ਸ਼ੋਅ ਕੱਢ ਕੇ ਸਾਰੇ ਸਾਰੇ ਦੇਖ ਸਕਦੇ ਨੇ। ਮੇਰੀ ਵੀ ਕਿਰਿਆ ਗਾਲੀ ਜੀ ਚੱਕੀ ਸੀ ਸਾਰਿਆਂ ਨੇ, ਅਤੇ ਰਿਸਪੈਕਟ ਕਰਿਆ ਕਰੋ, ਇੱਜ਼ਤ ਕਰਿਆ ਕਰੋ ਕੁੜੀਆਂ ਦੀ, ਖਾਸ ਕਰਕੇ ਸਾਰਿਆਂ ਦੀ, ਕਿਉਂਕਿ ਆਪਣੇ ਪੇਰੈਂਟਸ ਆਪਣੇ ਵੱਡੇ ਵਡੇਰੇ ਆਪਾਂ ਨੂੰ ਇਹੀ ਸਿਖਾਉਂਦੇ ਨੇ ਕਿ ਸਭ ਤੋਂ ਪਹਿਲਾਂ ਇੱਜ਼ਤ ਹੈ ਹਰ ਕੰਮ ਦੇ ਵਿੱਚ। ਜ਼ਰੂਰੀ ਨਹੀਂ ਕਿ ਕਲਾਕਾਰਾਂ ਨੂੰ ਬੁਰਾ ਕਹਿਣਾ ਹੁੰਦਾ, ਕਿਉਂਕਿ ਕਲਾਕਾਰ ਵੀ ਆਪਣਾ ਤਨ ਮਨ ਦਾ ਜ਼ੋਰ ਲਾ ਕੇ ਤੁਹਾਡੇ ਮੂਹਰੇ ਪਰਫੋਰਮ ਕਰਦੇ ਨੇ ਤੁਹਾਨੂੰ ਇੰਟਰਟੇਨਮੈਂਟ ਕਰਨ ਲਈ। ਪਰ ਬਹੁਤ ਸਾਰੇ ਕਲਾਕਾਰਾਂ ਦਾ ਸਤੰਬਰ ਦਾ ਮਹੀਨਾ ਮਾੜਾ ਹੀ ਚੜਿਆ ਸੀ, ਸੋ ਸਾਰੇ ਜਣੇ ਡਰਦੇ ਨੇ ਕਿ ਜਿੰਨਾ ਵੀ ਹੋਇਆ ਬੁਰਾ ਹੋਇਆ ਇਹੀ ਕਹਾਂਗੇ, ਕਿਉਂਕਿ ਅਸੀਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹਾਂ, ਅਸੀਂ ਆਪਣੀ ਸਾਰਿਆਂ ਨੂੰ ਪਿਆਰ ਕਰਦੇ ਹਾਂ, ਸਾਰਿਆਂ ਨੇ ਇਕੱਠੇ ਬੈਠਣਾ ਹੁੰਦਾ। ਤਾਂ ਕਲਾਕਾਰੀ ਨੂੰ ਰਾਜਨੀਤੀ ਨਾ ਬਣਾਓ, ਅਤੇ ਬਾਕੀ ਗੱਲ ਇਹੀ ਹੈ ਕਿ ਬਾਈ ਵੀ ਇਹੀ ਸਿਖਾਉਂਦੇ ਨੇ, ਕਿਸੇ ਨੂੰ ਬੁਰਾ ਨਾ ਬੋਲੋ, ਸਾਡੇ ਬਾਬਾ ਨਾਨਕ ਜੀ ਵੀ ਇਹੀ ਸਿਖਾ ਦਿੰਦੇ ਨੇ ਸਭ ਨੂੰ ਚੰਗਾ ਬੋਲੋ। ਇੱਕ ਵਾਰੀ ਸਾਰੇ ਜਣੇ ਤਾੜੀ ਲਾਓ ਸਾਰੇ ਜਣੇ ਸੱਚੀਆਂ ਸਰਕਾਰਾਂ ਦੇ ਪੀਰਾਂ ਪੈਗੰਬਰਾਂ ਦੇ ਨਾਮ 'ਤੇ, ਕਿਉਂਕਿ ਉਹ ਅਦਬ ਇਹੀ ਸਿਖਾ ਕੇ ਕਹਿੰਦੇ, ਬਟ ਇੱਥੇ ਚੱਲ ਕੁਛ ਹੋਰ ਹੀ ਹੈ। ਪਹਿਲਾਂ ਮੈਂ ਬੱਬੂ ਮਾਨ ਬਾਈ ਨੂੰ ਕਰਨਾ, ਉਸ ਤੋਂ ਬਾਅਦ ਤੱਕ ਕਰਨਾ ਖੰਡ ਵਾਲਾ ਮਾਂ ਸਾਡੀ ਸਾਰਿਆਂ ਦੀ ਜਿੱਤ ਜਾਣ। ਕੀ ਕਹਿੰਦੇ ਨੇ, ਪਰ ਸ਼ਾਇਰ ਨਹੀਂ ਹੋਣਾ,
ਤਾੜੀ ਲੈਦੇ ਕਰੋ, ਮੈਨੂੰ ਪਤਾ ਨਹੀਂ ਲੱਗਦਾ ਕਰੋ ਮੇਲੇ ਚ ਗਾ ਰਹੀ ਹਾਂ, ਮੇਲੇ ਚ ਤਾਂ ਕੂਕਾ ਚੀਕਾ ਇਹ ਮੇਰਾ ਲਾਸਟ ਗਾਣਾ ਜੀ। ਇੰਜੋਏ ਕਰਨਾ ਇੰਜੋਏ ਕਰ ਸਕਦੇ ਹੋ, ਜੇ ਨਹੀਂ ਕਰਨਾ ਤਾਂ ਉਹ ਵੀ ਤੁਹਾਡੀ ਮਰਜ਼ੀ ਹੈ, ਪਰ ਮਰਜ਼ੀ ਤੁਹਾਡੀ ਹੈ, ਸਾਡਾ ਦੱਸਣਾ ਫਰਜ਼ੀ ਹੈ। ਤਾਂ ਮਾਤਾ ਤੁਸੀਂ ਕਿਹੜਾ ਬੋਲਦੇ ਤਾਂ ਕਿਤੇ ਨੱਚਣਾ ਪਊਗਾ ਸਾਰਿਆਂ ਨੂੰ। ਨੱਚੋਗੇ 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 ਸਟੇਜ ਤੇ ਸਟੇਜ ਤੇ ਸਟੇਜ ਤੇ ਨਹੀਂ, ਇੱਥੇ ਨੱਚ ਲਓ ਸਾਰੇ ਜਣੇ ਆ ਕੇ, ਇੱਥੇ ਆ ਜਾਓ, ਇੱਥੇ ਇੱਥੇ ਆ ਜਾਓ। ਇਹ ਜਾਗਰਣ ਨਹੀਂ ਹੈਗਾ, ਜਾਗਰਣ ਚ ਨੀਚੇ ਆ ਸਕਦੇ ਕਿਉਂਕਿ ਬਹੁਤ ਪਵਿੱਤਰ ਸਥਾਨ ਆ ਉਹ, ਇਹ ਮੇਲਾ ਹੈ ਇੱਥੇ। ਮੇਲੇ ਨੂੰ ਡੈਡੀਕੇਟ ਕਰ ਰਹੇ ਹਾਂ, ਮੇਲੇ ਦਾ ਗਾਣਾ ਅਗਰ ਨਾ ਕਹੀਏ ਗੱਲ ਨਹੀਂ ਬਣਦੀ। ਕੋਈ ਦੁੱਖ ਤੇ ਨਹੀਂ ਤੈਨੂੰ, ਤੇਰਾ ਫਿਕਰ ਰਹੇ ਮੈਨੂੰ, ਕੋਈ ਦੁੱਖ ਤੇ ਨਹੀਂ ਤੈਨੂੰ, ਛੇਤੀ ਛੇਤੀ ਮਿਲ ਡੋਲਣਾ, ਮੈਂ ਤੇ ਠੀਕ ਨਹੀਂ ਆ ਤੇਰੇ ਬਿਨ, ਮੈਨੂੰ ਛੇਤੀ 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 ਮਿਲ ਡੋਲਣਾ, ਮੈਂ ਤੇ ਠੀਕ ਨਹੀਂ ਆ ਤੇਰੇ ਬਿਨ। ਸੋਚੇ ਅਸੀਂ ਕੀ ਤੇ ਕੀ ਹੋ ਗਿਆ ਹੁਣ, ਕਰੀਏ ਤੇ ਕਿੱਥੇ ਜਾ ਕੇ ਕਿਹਦੇ ਕੋਲੋਂ ਮੰਗੀਏ ਦੁਆ, ਹੋ ਸੋਚੇ ਅਸੀਂ ਕੀ ਤੇ ਕੀ ਹੋ ਕਰੀਏ ਤੇ ਕਿਹਦੇ ਕੋਲੋਂ ਜਾ ਕੇ ਅਸੀਂ ਮੰਗੀਏ ਦੁਆ।
ਡੈਡੀ ਕਾ ਸਾਰੇ ਜਣੇ ਆ ਕੇ ਨੱਚ ਲੈ ਗਏ ਐਨੀ ਹਾਜ਼ਰੀ ਕਬੂਲ ਕਰਿਓ ਥੈਂਕ ਯੂ ਸੋ ਮਚ ਕਰਨਾ ਰਾਖੀ ਕਰਦੇ ਰਹਿ ਗਏ ਮੋਹਨ ਨਜ਼ਾਰਾ ਲੈ ਗਏ
करो तारे गणगणिया अज तेरी माता जगन।